ਸ਼ਹਾਦਤ ਦਾ ਸਥਾਨ ਹੈ। ਤੁਸੀਂ ਦੇਖ ਰਹੇ ਹੋ ਕਿ ਜਿੱਥੇ ਮੈਂ ਬੈਠਾ ਵਾਂ, ਅੱਜ ਵੀ ਉਸ ਸਿੰਘਾਂ ਦੀ ਸ਼ਹਾਦਤ ਦੀ ਇਸ ਡੇਟ ਲੱਗੀ ਹੈ। ਇਹ ਗਵਾਹੀ ਦੇ ਰਹੀ ਹੈ ਕਿ ਇੱਥੇ ਸਿੰਘਾਂ ਨੇ, ਵੀਰਾਂ ਨੇ ਆਪਣਾ ਨੇ ਬਹੁਤ ਹੀ ਬਹਾਦਰੀ ਨਾਲ ਉਸ 12,000 ਬਗਵਾਨੀਆਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ ਸੀ। ਅਤੇ ਗੁਰੂ ਰੁਪਿਆਰ ਸਾਹਿਬ ਸੰਗਤ ਜੀ, ਅੱਜ ਮੈਂ ਤੁਹਾਨੂੰ ਨਾਲ ਦੱਸਾਂ ਕਿ ਇਹ ਅਸਥਾਨ ਕਿਹੜੇ ਜ਼ਿਲ੍ਹੇ 'ਚ ਪੈਂਦਾ ਅਤੇ ਪਾਕਿਸਤਾਨ 'ਚ ਕਿਹੜੇ ਇਲਾਕੇ 'ਚ ਵੇ। ਅਤੇ ਇਹ ਪਾਕਿਸਤਾਨ ਦੇ ਇੱਕ ਛੋਟਾ ਜਿਹਾ ਖੈਬਰ ਪਖਤੂਨਖਵਾ 'ਚ ਛੋਟਾ ਜਿਹਾ ਜ਼ਿਲ੍ਹਾ ਜਿਹਦਾ ਨਾਮ ਹੈ ਹੰਗੂ। ਹੰਗੂ ਤੋਂ ਤਕਰੀਬਨ ਕੋਈ 12 ਕਿਲੋਮੀਟਰ ਦੇ ਫਾਸਲੇ 'ਤੇ 6,000 ਫਿੱਟ ਬੁਲੰਦੀ 'ਤੇ ਇਹ ਸਥਾਨ ਹੈ ਸਾਰਾਗੜੀ। ਸਾਰਾਗੜੀ 'ਚ ਅੱਜ ਮੈਂ ਤੁਹਾਨੂੰ ਬਰਾਏ ਰਾਸਤੇ ਦਿਖਾ ਰਿਹਾ ਕਿ ਸਾਰਾਗੜੀ ਹੈ ਇਹ ਸਾਰਾ ਆਪਣਾ ਜਿਹੜਾ, ਮੈਂ ਵੀਰ ਨੂੰ ਕਹਾਂਗਾ ਕਿ ਤੁਹਾਨੂੰ ਦਿਖਾਏ ਆਪਣਾ ਇਹ ਸਾਰਾ ਇਲਾਕਾ ਸਾਰਾਗੜੀ ਦਾ ਹੈ। ਅਤੇ ਇਹ ਉਹ ਮਹਾਨ ਸ਼ਹੀਦਾਂ ਦਾ ਸਥਾਨ ਹੈ ਜਿੱਥੇ ਸਾਡੇ ਸਿੰਘਾਂ ਵੀਰਾਂ ਨੇ 12,000 ਅਗਵਾਨੀਆਂ ਨਾਲ ਬੜਾ ਬਹਾਦਰੀ ਅਤੇ ਦਲੇਰੀ ਨਾਲ ਵਾਕਿਆ ਕੀਤਾ। ਅਤੇ ਗੁਰੂ ਰੁਪਿਆ ਸਤਸੰਗ ਜੀ, ਤੁਸੀਂ ਦੇਖ ਰਹੇ ਕਿ ਉਹਨਾਂ ਦੀ ਯਾਦ ਵਿੱਚ ਇਹ ਮੀਨਾਰ ਬਣਾਇਆ ਗਿਆ ਸੀ। ਅੱਜ ਵੀ ਉਹ ਕਾਇਮ ਹੈ ਉਸੇ ਤਰ੍ਹਾਂ, ਬਿਲਕੁਲ ਜ਼ਰਾ ਵੀ ਇਹਨੂੰ ਕੋਈ ਖਰਾਸ਼ ਵੀ ਨਹੀਂ ਆਈ, ਤੁਸੀਂ ਦੇਖ ਸਕਦੇ ਹੋ। ਲੇਕਿਨ ਐਵੇਂ ਕਿ ਥੋੜ੍ਹਾ ਜਿਹਾ 220 ਸਾਲ ਗੁਜ਼ਰਨ ਬਾਵਜੂਦ ਵੀ ਅੱਜ ਵੀ ਉਹਨਾਂ ਦੇ ਨਾਮਾਂ ਦੀ ਅਤੇ ਇਤਿਹਾਸ ਨੂੰ ਦੇਖ ਕੇ ਐਸਾ ਲੱਗ ਰਿਹਾ ਕਿ ਹੁਣ ਹੀ ਸ਼ਾਇਦ ਇਹ ਵਾਕਿਆ ਹੋਇਆ। ਅਤੇ ਤੁਸੀਂ ਦੇਖ ਸਕਦੇ ਹੋ ਇਹ ਬੈਕ ਸਾਈਡ ਵੀ, ਅੱਜ ਅਸੀਂ ਤੁਹਾਨੂੰ ਵੀਰ ਨੂੰ ਕਹਾਂਗੇ ਕਿ ਦਿਖਾ ਦੇ ਨਾਲ ਇਸ ਮੀਨਾਰ ਦੀ ਬੈਕ ਸਾਈਡ ਦੇ ਨਾਲ ਹੀ ਤੁਸੀਂ ਦੇਖ ਰਹੇ ਪਹਾੜੀ ਇਲਾਕਾ ਸਾਰਾ, ਜਿਤਨਾ ਵੀ ਇਹ ਸਾਰਾ ਗੜੀ ਦਾ ਇਲਾਕਾ ਹੈ।